ਬਠਿੰਡਾ ਵਿੱਚ ਕੇਜਰੀਵਾਲ ਸਾਹਿਬ ਰੈਲੀ ਕਰਨ ਲਈ ਪਹੁੰਚ ਰਹੇ ਨੇ, ਵੱਡਾ ਰੋਡ ਸ਼ੋਅ ਜਿਹੜਾ ਹੈਗਾ ਉਹ ਕੀਤਾ ਜਾਣਾ ਹੈ। MLA ਸੁਖਵੀਰ ਜੀ ਜਿਹੜੇ ਨੇ ਇੱਥੇ ਵਰਕਰਾਂ ਦਾ ਹੌਸਲਾ ਅਫਜਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ, ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਵੱਡਾ ਇਕੱਠ ਜਿਹੜਾ ਹੈ ਲੈ ਕੇ ਪਹੁੰਚੇ ਹੋਏ ਨੇ, ਤਾਂ ਕਾਫੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਸਰ, ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਇਸ ਵਕਤ? ਦੇਖੋ ਤੁਸੀਂ, ਇੱਕ ਤਰਫਾ ਮਾਹੌਲ ਹੈਗਾ, ਝੂਠ ਤੇ ਸੱਚ ਦੀ ਜਿੱਤ ਆ, ਸੰਵਿਧਾਨ ਨੂੰ ਬਚਾਉਣ ਦੀ ਲੜਾਈ ਆ, ਕੁੱਲੀ ਦੀ ਅਮੀਰਾਂ ਨਾਲ ਲੜਾਈ ਆ। ਕੀ ਲੱਗ ਰਿਹਾ ਕੇਜਰੀਵਾਲ ਸਾਹਿਬ ਜਾਣਗੇ, ਕਿੰਨਾ ਕੁ ਫਰਕ ਮਹਿਸੂਸ ਹੋ? ਤੁਸੀਂ ਆਪ ਹੀ ਵੇਖ ਲਓ, ਅੱਜ ਸਾਡੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇੱਕੋ ਹੀ ਲਹਿਰ ਆ। ਇਸ ਵਾਰੀ ਬਠਿੰਡੇ ਤੋਂ ਖੁੱਡੀਆ ਸਾਹਿਬ ਬਹੁਤ ਵੱਡੇ ਮਾਰਜਨ ਨਾਲ ਜਿੱਤਣ ਜਾ ਰਹੇ ਆ। ਲੋਕਾਂ ਦਾ ਉਤਸ਼ਾਹ ਦੱਸਦਾ ਗਾ, ਆਮ ਘਰ ਦਾ ਪੁੱਤ ਮੈਂਬਰ ਪਾਰਲੀਮੈਂਟ ਬਣਨ ਜਾ ਰਿਹਾ, ਬਾਦਲਾਂ ਦਾ ਕਿਲਾ ਇੱਥੋਂ ਢੇਰ ਢੇਰੀ ਹੋਣ ਜਾ ਰਿਹਾ। ਰਾਜਨਾਥ ਸਿੰਘ ਵੀ ਪਹੁੰਚੇ ਹੋਏ ਸੀਗੇ, ਉੱਧਰ ਕੇਜਰੀਵਾਲ ਸਾਹਿਬ ਆ ਰਹੇ ਆ। ਦੇਖੋ ਆਉਣਾ ਸਾਰਿਆਂ ਨੇ, ਰਾਜਨਾਥ ਕਹਿੰਦਾ ਇੱਕ ਮੌਕਾ ਹੋਰ ਦੇ ਦਿਓ। ਪਹਿਲਾਂ 10 ਸਾਲ ਤੁਹਾਡੀ ਸਰਕਾਰ ਸੀ, ਤੁਹਾਡੀ ਸਰਕਾਰ ਬਣਾ ਕੇ ਅਸੀਂ ਆਪਣੇ ਕਿਸਾਨ ਸ਼ਹੀਦ ਕਰਾਉਣੇ ਆ, ਅਸੀਂ ਸਾਡੀਆਂ ਗੋਲੀਆਂ ਚੱਲਣਗੀਆਂ ਸਾਡੇ 'ਤੇ, ਸਾਡੇ ਹੋਰ ਸੁਭਕਰਨ ਸ਼ਹੀਦ ਕਰਾਉਣੇ ਆ। ਤੁਸੀਂ ਕਦੇ ਕਿਸਾਨਾਂ ਦੀ ਗੱਲ ਕੀਤੀ ਹੋਏ, ਪੰਜਾਬ ਦੀ ਗੱਲ ਕੀਤੀ ਹੋਏ, ਹਜ਼ਾਰਾਂ ਕਰੋੜ ਰੁਪਈਆ ਸਾਡਾ ਤੁਸੀਂ ਦੱਬੀ ਬੈਠੇ ਹੋ, ਕਹਿੰਦੇ ਸਾਨੂੰ ਹਿਸਾਬ ਨਹੀਂ ਦਿੱਤਾ, ਅਤੇ ਹਿਸਾਬ ਉਹਨਾਂ ਤੋਂ ਲਓ। ਕੈਪਟਨ ਅਮਰਿੰਦਰ ਸਿੰਘ ਤੁਹਾਡੇ 'ਚ ਬੈਠਾ, ਮਨਪ੍ਰੀਤ ਬਾਦਲ ਤੁਹਾਡੇ 'ਚ ਬੈਠਾ, ਸਾਡੇ ਵਾਰੀ ਤਾਂ ਸਾਡਾ ਪੇਂਡੂ ਵਿਕਾਸ ਫੰਡ ਆਇਆ ਹੀ ਨਹੀਂ, ਸਿਹਤ ਮਿਸ਼ਨ ਦਾ ਪੈਸਾ ਨਹੀਂ ਆਇਆ। ਸੋ ਪੰਜਾਬ ਨਾਲ ਹਰ ਗੱਲ 'ਤੇ ਵਿਤਕਰਾ ਕਰਨ ਵਾਲੇ ਪੰਜਾਬ 'ਚੋਂ ਕੁਛ ਨਾ ਭਾਲਣ ਆਉਣ। ਖੁੱਡੀਆ ਸਾਹਿਬ ਜਿੱਤ ਜਾਂਦੇ ਨੇ, ਸਭ ਤੋਂ ਪਹਿਲਾਂ ਕੰਮ ਕਿਹੜਾ ਕਰਾਉਂਗੇ ਆਪਦੇ ਹਲਕੇ ਦਾ? ਦੇਖੋ ਸਾਰੇ, ਮੇਰੇ ਹਲਕੇ ਦੇ ਵਿੱਚ ਟੇਲਾਂ ਦੇ ਪਾਣੀ ਦੀ ਸਮੱਸਿਆ ਸੀ, ਜਿਹੜੀ ਮੈਂ 80% ਹੱਲ ਕਰ ਲਈ। ਚੰਗੇ ਹੌਸਪੀਟਲ ਹੋਣ ਉੱਥੇ, ਚੰਗੇ ਵਿੱਦਿਅਕ ਅਦਾਰੇ ਹੋਣ, ਖਾਸ ਕਰਕੇ ਜੋ ਸੈਂਟਰ ਨੇ ਸਾਡੀਆਂ ਸਕੀਮਾਂ ਰੋਕੀਆਂ ਹੋਈਆਂ, ਸੈਂਟਰ ਨੇ ਪੈਸਾ ਰੋਕਿਆ ਹੋਇਆ, ਖੁੱਡੀਆਂ ਸਾਹਿਬ ਉਹਦੀ ਆਵਾਜ਼ ਲੋਕ ਸਭਾ ਦੇ ਵਿੱਚ ਬੁਲੰਦ ਕਰਨਗੇ। ਇਹਦਾ ਪੂਰੀ ਜਿੱਤ ਪੱਕੀ ਹੈ? ਪੱਕੀ ਜੀ, 100%। ਠੀਕ ਹੈ, ਤਾਂ MLA ਸੁਖਵੀਰ ਜੀ ਸਾਡੇ ਨਾਲ ਮੌਜੂਦ ਸੀਗੇ, ਗੱਲਬਾਤ ਜਿਹੜੀ ਹੈਗੀ ਆ ਉਹ ਕੀਤੀ ਹੈ, ਅਤੇ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਇੱਥੇ ਵੇਖਿਆ ਜਾ ਸਕਦਾ ਹੈ। ਤਸਵੀਰਾਂ ਜਿਹੜੀਆਂ ਨੇ ਇਸ ਵਕਤ ਬਠਿੰਡਾ ਤੋਂ ਤੁਸੀਂ ਵੇਖ ਰਹੇ ਸੀ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਰੈਲੀ ਕਰਨ ਦੇ ਲਈ ਪਹੁੰਚੇ ਹੋਏ ਨੇ। ਬਠਿੰਡਾ ਵਿੱਚ ਕੇਜਰੀਵਾਲ ਸਾਹਿਬ ਰੈਲੀ ਕਰਨ ਲਈ ਪਹੁੰਚ ਰਹੇ ਨੇ, ਵੱਡਾ ਰੋਡ ਸ਼ੋਅ ਜਿਹੜਾ ਹੈਗਾ ਉਹ ਕੀਤਾ ਜਾਣਾ ਹੈ। MLA ਸੁਖਵੀਰ ਜੀ ਜਿਹੜੇ ਨੇ ਇੱਥੇ ਵਰਕਰਾਂ ਦਾ ਹੌਸਲਾ ਅਫਜਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ, ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਵੱਡਾ ਇਕੱਠ ਜਿਹੜਾ ਹੈ ਲੈ ਕੇ ਪਹੁੰਚੇ ਹੋਏ ਨੇ, ਤਾਂ ਕਾਫੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਸਰ, ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਇਸ ਵਕਤ? ਦੇਖੋ ਤੁਸੀਂ, ਇੱਕ ਤਰਫਾ ਮਾਹੌਲ ਹੈਗਾ, ਝੂਠ ਤੇ ਸੱਚ ਦੀ ਜਿੱਤ ਆ, ਸੰਵਿਧਾਨ ਨੂੰ ਬਚਾਉਣ ਦੀ ਲੜਾਈ ਆ, ਕੁੱਲੀ ਦੀ ਅਮੀਰਾਂ ਨਾਲ ਲੜਾਈ ਆ। ਕੀ ਲੱਗ ਰਿਹਾ ਕੇਜਰੀਵਾਲ ਸਾਹਿਬ ਜਾਣਗੇ, ਕਿੰਨਾ ਕੁ ਫਰਕ ਮਹਿਸੂਸ ਹੋ? ਤੁਸੀਂ ਆਪ ਹੀ ਵੇਖ ਲਓ, ਅੱਜ ਸਾਡੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇੱਕੋ ਹੀ ਲਹਿਰ ਆ। ਇਸ ਵਾਰੀ ਬਠਿੰਡੇ ਤੋਂ ਖੁੱਡੀਆ ਸਾਹਿਬ ਬਹੁਤ ਵੱਡੇ ਮਾਰਜਨ ਨਾਲ ਜਿੱਤਣ ਜਾ ਰਹੇ ਆ। ਲੋਕਾਂ ਦਾ ਉਤਸ਼ਾਹ ਦੱਸਦਾ ਗਾ, ਆਮ ਘਰ ਦਾ ਪੁੱਤ ਮੈਂਬਰ ਪਾਰਲੀਮੈਂਟ ਬਣਨ ਜਾ ਰਿਹਾ, ਬਾਦਲਾਂ ਦਾ ਕਿਲਾ ਇੱਥੋਂ ਢੇਰ ਢੇਰੀ ਹੋਣ ਜਾ ਰਿਹਾ। ਰਾਜਨਾਥ ਸਿੰਘ ਵੀ ਪਹੁੰਚੇ ਹੋਏ ਸੀਗੇ, ਉੱਧਰ ਕੇਜਰੀਵਾਲ ਸਾਹਿਬ ਆ ਰਹੇ ਆ। ਦੇਖੋ ਆਉਣਾ ਸਾਰਿਆਂ ਨੇ, ਰਾਜਨਾਥ ਕਹਿੰਦਾ ਇੱਕ ਮੌਕਾ ਹੋਰ ਦੇ ਦਿਓ। ਪਹਿਲਾਂ 10 ਸਾਲ ਤੁਹਾਡੀ ਸਰਕਾਰ ਸੀ, ਤੁਹਾਡੀ ਸਰਕਾਰ ਬਣਾ ਕੇ ਅਸੀਂ ਆਪਣੇ ਕਿਸਾਨ ਸ਼ਹੀਦ ਕਰਾਉਣੇ ਆ, ਅਸੀਂ ਸਾਡੀਆਂ ਗੋਲੀਆਂ ਚੱਲਣਗੀਆਂ ਸਾਡੇ 'ਤੇ, ਸਾਡੇ ਹੋਰ ਸੁਭਕਰਨ ਸ਼ਹੀਦ ਕਰਾਉਣੇ ਆ। ਤੁਸੀਂ ਕਦੇ ਕਿਸਾਨਾਂ ਦੀ ਗੱਲ ਕੀਤੀ ਹੋਏ, ਪੰਜਾਬ ਦੀ ਗੱਲ ਕੀਤੀ ਹੋਏ, ਹਜ਼ਾਰਾਂ ਕਰੋੜ ਰੁਪਈਆ ਸਾਡਾ ਤੁਸੀਂ ਦੱਬੀ ਬੈਠੇ ਹੋ, ਕਹਿੰਦੇ ਸਾਨੂੰ ਹਿਸਾਬ ਨਹੀਂ ਦਿੱਤਾ, ਅਤੇ ਹਿਸਾਬ ਉਹਨਾਂ ਤੋਂ ਲਓ। ਕੈਪਟਨ ਅਮਰਿੰਦਰ ਸਿੰਘ ਤੁਹਾਡੇ 'ਚ ਬੈਠਾ, ਮਨਪ੍ਰੀਤ ਬਾਦਲ ਤੁਹਾਡੇ 'ਚ ਬੈਠਾ, ਸਾਡੇ ਵਾਰੀ ਤਾਂ ਸਾਡਾ ਪੇਂਡੂ ਵਿਕਾਸ ਫੰਡ ਆਇਆ ਹੀ ਨਹੀਂ, ਸਿਹਤ ਮਿਸ਼ਨ ਦਾ ਪੈਸਾ ਨਹੀਂ ਆਇਆ। ਸੋ ਪੰਜਾਬ ਨਾਲ ਹਰ ਗੱਲ 'ਤੇ ਵਿਤਕਰਾ ਕਰਨ ਵਾਲੇ ਪੰਜਾਬ 'ਚੋਂ ਕੁਛ ਨਾ ਭਾਲਣ ਆਉਣ। ਖੁੱਡੀਆ ਸਾਹਿਬ ਜਿੱਤ ਜਾਂਦੇ ਨੇ, ਸਭ ਤੋਂ ਪਹਿਲਾਂ ਕੰਮ ਕਿਹੜਾ ਕਰਾਉਂਗੇ ਆਪਦੇ ਹਲਕੇ ਦਾ? ਦੇਖੋ ਸਾਰੇ, ਮੇਰੇ ਹਲਕੇ ਦੇ ਵਿੱਚ ਟੇਲਾਂ ਦੇ ਪਾਣੀ ਦੀ ਸਮੱਸਿਆ ਸੀ, ਜਿਹੜੀ ਮੈਂ 80% ਹੱਲ ਕਰ ਲਈ। ਚੰਗੇ ਹੌਸਪੀਟਲ ਹੋਣ ਉੱਥੇ, ਚੰਗੇ ਵਿੱਦਿਅਕ ਅਦਾਰੇ ਹੋਣ, ਖਾਸ ਕਰਕੇ ਜੋ ਸੈਂਟਰ ਨੇ ਸਾਡੀਆਂ ਸਕੀਮਾਂ ਰੋਕੀਆਂ ਹੋਈਆਂ, ਸੈਂਟਰ ਨੇ ਪੈਸਾ ਰੋਕਿਆ ਹੋਇਆ, ਖੁੱਡੀਆ ਸਾਹਿਬ ਉਹਦੀ ਆਵਾਜ਼ ਲੋਕ ਸਭਾ ਦੇ ਵਿੱਚ ਬੁਲੰਦ ਕਰਨਗੇ। ਇਹਦਾ ਪੂਰੀ ਜਿੱਤ ਪੱਕੀ ਹੈ? ਪੱਕੀ ਜੀ, 100%। ਠੀਕ ਹੈ, ਤਾਂ MLA ਸੁਖਵੀਰ ਜੀ ਸਾਡੇ ਨਾਲ ਮੌਜੂਦ ਸੀਗੇ, ਗੱਲਬਾਤ ਜਿਹੜੀ ਹੈਗੀ ਆ ਉਹ ਕੀਤੀ ਹੈ, ਅਤੇ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਇੱਥੇ ਵੇਖਿਆ ਜਾ ਸਕਦਾ ਹੈ। ਤਸਵੀਰਾਂ ਜਿਹੜੀਆਂ ਨੇ ਇਸ ਵਕਤ ਬਠਿੰਡਾ ਤੋਂ ਤੁਸੀਂ ਵੇਖ ਰਹੇ ਸੀ, ਜਿੱਥੇ ਕਿ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਰੈਲੀ ਕਰਨ ਦੇ ਲਈ ਪਹੁੰਚੇ ਹੋਏ ਨੇ। ਬਠਿੰਡਾ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜਦਰਾ, ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।